ਨਵਾਂ ਯੁੱਗ ਨਵੀਂ ਸੋਚ ਦੇ ਚੇਅਰਮੈਨ ਨੀਰਜ ਮਹਾਜਨ ਦੇ ਪ੍ਰਬੰਧਕਾਂ ਹੇਠ ਕੋਰੋਨਾ ਵਾਇਰਸ ਸੰਬੰਧੀ ਧਾਰੀਵਾਲ ਸ਼ਹਿਰ ਵਿੱਚ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ। ਅੱਜ ਉਹਨਾਂ ਦੇ ਮੈਂਬਰਾਂ ਨੇ ਡਾਡਵਾ ਰੋਡ ਵਾਰਡ ਨੰਬਰ 1 ਦੀ ਸਫਾਈ ਕੀਤੀ ਅਤੇ ਪੂਰੇ ਵਾਰਡ ਨੂੰ ਸੈਨੇਟਾਈਜ਼ ਵੀ ਕੀਤਾ ਗਿਆ। ਜਿਸ ਤਰ੍ਹਾਂ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਕੋਰੋਨਾ ਵਾਇਰਸ ਦਾ ਜੋ ਡਰ ਚੱਲ ਰਿਹਾ ਹੈ ਅਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਤੋਂ ਕਿਸ ਤਰ੍ਹਾਂ ਬਚੀਏ, ਸਾਨੂੰ ਆਪਣੇ ਆਲਾ ਦੁਆਲਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ, ਆਪਣੇ ਸਾਰੇ ਸੱਜਣਾਂ ਤੋਂ ਸਾਨੂੰ ਘੱਟੋ ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਸਾਨੂੰ ਜ਼ਿਆਦਾ ਹੱਥ ਵੀ ਨਹੀਂ ਮਿਲਾਉਣਾ ਚਾਹੀਦਾ ਕਿਸੇ ਦੇ ਨਾਲ। ਉਸ ਮੁਹਿੰਮ ਨੂੰ ਵੇਖਦੇ ਹੋਏ ਆਪਾਂ ਅੱਜ ਵਾਰਡ ਨੰਬਰ 1 ਧਾਰੀਵਾਲ ਦੇ ਵਿੱਚ ਸਫਾਈ ਦਾ ਇੱਕ ਅਭਿਆਨ ਨਵਾਂ ਯੁੱਗ ਨਵੀਂ ਸੋਚ ਵੈਲਫੇਅਰ ਸੁਸਾਇਟੀ ਧਾਰੀਵਾਲ ਵੱਲੋਂ ਆਪਾਂ ਸ਼ੁਰੂ ਕੀਤਾ ਹੈ। ਅੱਜ ਅਸਾਂ ਸਾਰੀ ਗਲੀ ਦੀ ਸਫਾਈ ਕਰਵਾਈ ਹੈ, ਜਿੰਨਾ ਕੂੜਾ ਕਰਕਟ ਸੀਗਾ ਆਪਾਂ ਉਹ ਚੁਕਾ ਕੇ ਉਹਨੂੰ ਬਾਹਰ ਭੇਜਿਆ, ਬਾਹਰ ਐਸੀ ਜਗ੍ਹਾ 'ਤੇ ਭੇਜਿਆ ਜਿੱਥੇ ਉਸਦਾ ਕੋਈ ਪ੍ਰਭਾਵ ਦੁਸ਼ਪ੍ਰਭਾਵ ਨਾ ਪਵੇ, ਅਤੇ ਸਾਰੀ ਗਲੀ ਨੂੰ ਸੈਨੇਟਾਈਜ਼ ਡਿਟੋਲ ਦੇ ਨਾਲ ਕੀਤਾ ਜਾ ਰਿਹਾ ਹੈ। ਇਹਦੇ ਵਿੱਚ ਸਾਡੇ ਸਾਰੇ ਸਾਥੀ ਵਾਰਡ ਨੰਬਰ 1 ਦੇ, ਸਾਡੀ ਨਵਾਂ ਯੁੱਗ ਨਵੀਂ ਸੋਚ ਦੇ ਸੁਸਾਇਟੀ ਦੇ ਸਾਰੇ ਸਾਥੀ ਨੇ ਸਾਡਾ ਸਹਿਯੋਗ ਕੀਤਾ ਹੈ, ਅਤੇ ਮੈਂ ਅਪੀਲ ਕਰਨਾ ਚਾਹਾਂਗਾ ਕਿ ਸਾਰੇ ਸ਼ਹਿਰ ਦੇ ਵਿੱਚ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅੱਜ ਜਿਹੜਾ ਆਪਾਂ ਸਾਫ਼ ਸੁਥਰਾ ਅਭਿਆਨ ਚਾਲੂ ਕੀਤਾ ਹੈ, ਸਾਡੇ ਨਾਲ ਸਵੱਛ ਧਾਰੀਵਾਲ ਦੇ ਅਭਿਆਨ ਦੇ ਨਾਲ ਸਾਡੇ ਨਾਲ ਜੁੜਨ। ਧੰਨਵਾਦ। ਹਾਂਜੀ, ਅੱਜ ਵਾਰਡ ਨੰਬਰ 1 ਦੇ ਵਿੱਚ ਧਾਰੀਵਾਲ ਨਵਾਂ ਯੁੱਗ ਨਵੀਂ ਸੋਚ ਵੈਲਫੇਅਰ ਸੁਸਾਇਟੀ ਜਿਹਦੇ ਚੇਅਰਮੈਨ ਸਾਡੇ ਨੀਰਜ ਮਹਾਜਨ ਜੀ, ਜਿਹੜੇ ਇੱਕ ਸਮਾਜ ਸੇਵੀ ਨੇ ਅਤੇ ਸਮਾਜ ਦੇ ਵਿੱਚ ਬੜੇ ਵਧੀਆ ਅੱਗੇ ਕੰਮ ਕਰਦੇ ਆ ਰਹੇ ਨੇ, ਜਿਸ ਤਰ੍ਹਾਂ ਉਹਨਾਂ ਨੇ ਧਾਰੀਵਾਲ ਦੀ ਮਿਲ ਦੇ ਲਈ ਵਰਕਰਾਂ ਲਈ ਬਹੁਤ ਸਾਰੇ ਉਪਰਾਲੇ ਕਰਕੇ ਉਹਨਾਂ ਦੀ ਤਨਖਾਹਾਂ ਲਿਆਂਦੀਆਂ, ਸ਼ਹਿਰ ਦੇ ਵਿੱਚ ਉਹਨਾਂ ਨੇ ਲਾਈਟਾਂ ਲਵਾਈਆਂ, ਆਪਣੇ ਪੱਲਿਓਂ ਉਹਨਾਂ ਨੇ ਲਾਈਟਾਂ ਲੱਖਾਂ ਰੁਪਏ ਲਾ ਕੇ ਸ਼ਹਿਰ ਨੂੰ ਡੋਨੇਟ ਵੀ ਕੀਤੀਆਂ ਕਮੇਟੀ ਨੂੰ, ਅਤੇ ਅੱਜ ਉਹਨਾਂ ਨੇ ਵਾਰਡ ਨੰਬਰ 1 ਵਿੱਚ ਆ ਕੇ ਆਪਣੀ ਨਵਾਂ ਯੁੱਗ ਨਵੀਂ ਸੋਚ ਸੁਸਾਇਟੀ ਦੇ ਜਿਹੜੇ ਉਹਨਾਂ ਦੇ ਕਾਰਜਕਰਤਾ ਨੇ ਉਹਨਾਂ ਦੇ ਨਾਲ ਮਿਲ ਕੇ ਸਾਰੇ ਵਾਰਡ ਨੰਬਰ 1 ਦੀ ਸਫਾਈ ਕਰਵਾ ਰਹੇ ਨੇ, ਅਤੇ ਨਾਲ ਉਹਨਾਂ ਸਾਰੀ ਬਰੀ ਗਲੀ ਨੂੰ ਸੈਨੇਟਾਈਜ਼ ਕਰਵਾ ਰਹੇ ਨੇ ਡਿਟੋਲ ਦੇ ਨਾਲ, ਜਿਹੜੇ ਵੀ ਉਹ ਅੱਜ ਉਹ ਵੀ ਆਪਣੇ ਮਹੱਲੇ ਵਾਸੀਆਂ ਦੇ ਅਤੇ ਨੀਰਜ ਜੀ ਆਪਣੇ ਸਹਿਯੋਗ ਦੇ ਨਾਲ ਸਾਰਾ ਕਰਦੇ ਪਏ। ਆਵਾਜ਼ ਕੌਮ ਟੀਵੀ ਲਈ ਧਾਰੀਵਾਲ ਤੋਂ ਰਣਜੀਤ ਸਿੰਘ ਦੀ ਰਿਪੋਰਟ।